ਕੈਨੇਡਾ ਕੈਨੇਡਾ ਕਰਦੀ ਦੁਨੀਆ ਅੱਧੀ ਕਮਲੀ ਹੋਈ ਤੇ ਇਹ ਅੱਧੀ ਕਮਲੀ ਦੁਨੀਆ ਪੰਜਾਬ ਦੀ ਹੈ। ਆਏ ਦਿਨ ਹੀ ਪੰਜਾਬ ਦੇ ਜਵਾਕ ਬਾਹਰ ਨੂੰ ਨਿਕਲਦੇ ਜਾ ਰਹੇ ਨੇ। ਕਿਹਾ ਜਾ ਸਕਦਾ ਹੈ ਕਿ ਪਲੱਸ 2 ਤੋਂ ਬਾਅਦ ਇੱਧਰ ਸਟੱਡੀ ਹੁਣ ਜਵਾਕ ਘੱਟ ਹੀ ਕਰਦੇ ਆ ਤੇ ਜ਼ਿਆਦਾ ਆਈਲੈਟਸ ਸੈਂਟਰ ਭਰੇ ਹੁੰਦੇ ਆ। ਮਾਪੇ ਵੀ ਲੱਖਾਂ ਰੁਪਏ ਦਾ ਲੋਨ ਚੁੱਕ ਕੇ ਪੈਲੀਆਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਆ, ਪਰ ਉੱਥੋਂ ਦੇ ਹਾਲਾਤ ਨਹੀਂ ਦੇਖਦੇ ਵੀ ਉੱਥੋਂ ਦੇ ਹਾਲਾਤ ਕੀ ਆ। ਜ਼ਿਆਦਾਤਰ ਗੱਲ ਕੀਤੀ ਜਾਵੇ ਕੁੜੀਆਂ ਦੀ ਤਾਂ ਜਿਹੜੇ ਮਾਪੇ ਕੁੜੀਆਂ ਨੂੰ ਬਾਹਰ ਭੇਜਦੇ ਨੇ ਇਕੱਲੀਆਂ ਨੂੰ, ਉਹ ਇਹ ਗੱਲ ਵੀ ਨਹੀਂ ਸੋਚਦੇ ਕਿ ਪਿੰਡਾਂ 'ਚ ਤਾਂ ਆਪਾਂ ਕੁੜੀਆਂ ਇਕੱਲੀਆਂ ਨੂੰ ਸ਼ਹਿਰ ਨਹੀਂ ਜਾਣ ਦਿੰਦੇ, ਉਹ ਤਾਂ ਫਿਰ ਵੀ ਵਿਦੇਸ਼ ਆ, ਆਪਾਂ ਉੱਧਰ ਭੇਜੀ ਜਾ ਰਹੇ ਆ, ਇਹਨਾਂ ਦਾ ਧਿਆਨ ਕੌਣ ਰੱਖੂਗਾ। ਬਸ ਫਿਰ ਯਾਰੋ ਜਦੋਂ ਉੱਧਰ ਧਿਆਨ ਰੱਖਣ ਵਾਲਾ ਨਹੀਂ ਹੁੰਦਾ ਤਾਂ ਕੁੜੀਆਂ ਦੇ ਹਾਲਾਤ ਮਾੜੇ ਹੋ ਜਾਂਦੇ ਆ। ਜਿਹੜੀਆਂ ਕੁੜੀਆਂ ਤਾਂ ਆਪਣੇ ਆਪ ਨੂੰ ਸਾਂਭ ਲੈਂਦੀਆਂ ਨੇ ਉਹ ਤਾਂ ਬਚ ਜਾਂਦੀਆਂ ਨੇ, ਪਰ ਜਿਨ੍ਹਾਂ ਕੁੜੀਆਂ ਨੂੰ ਪਿੱਛਿਓਂ ਵੀ ਕੋਈ ਸਪੋਰਟ ਨਹੀਂ ਹੁੰਦੀ, ਜਿਨ੍ਹਾਂ ਦਾ ਕੋਈ ਉੱਧਰ ਆਪਣਾ ਨਹੀਂ ਹੁੰਦਾ, ਉਹ ਕਈ ਵਾਰ ਗਲਤ ਕੰਮਾਂ 'ਚ ਪੈ ਜਾਂਦੀਆਂ ਨੇ, ਕਿਉਂਕਿ ਉੱਧਰ ਹਰ ਕੋਈ ਤੁਹਾਡਾ ਫਾਇਦਾ ਚੱਕਣ ਨੂੰ ਕਰਦਾ ਹੈ। ਭਾਵੇਂ ਤੁਹਾਡਾ ਰਿਸ਼ਤੇਦਾਰ ਹੋਵੇ, ਤੁਹਾਡਾ ਆਂਢ ਗੁਆਂਢੀ ਹੋਵੇ ਜਾਂ ਤੁਹਾਡੇ ਪਿੰਡ ਦਾ ਕੋਈ ਹੋਵੇ, ਤੁਹਾਨੂੰ ਉੱਥੇ ਕੋਈ ਵੀ ਭੈਣ ਜਾਂ ਬੇਟੀ ਦੀ ਨਜ਼ਰ ਨਾਲ ਨਹੀਂ ਦੇਖਦਾ, ਸਾਰੇ ਹੀ ਗੰਦੀ ਨਜ਼ਰ ਨਾਲ ਦੇਖਦੇ ਨੇ। ਸੋ ਇਸ ਗੱਲ ਦਾ ਖੁਲਾਸਾ ਹੁਣ ਇੱਕ ਭੈਣ ਨੇ ਕੀਤਾ ਹੈ ਤੇ ਇਹ ਭੈਣ ਕੀ ਕਹਿ ਰਹੀ ਹੈ, ਆਓ ਤੁਹਾਨੂੰ ਇਸ ਦੀ ਵੀਡੀਓ ਵੱਲ ਲੈ ਚੱਲਦੇ ਹਾਂ। ਸਾਡੇ ਘਰੇ ਮੁੰਡਾ ਰਹਿੰਦਾ ਸੀਗਾ ਗੁਲਸ਼ਨ, ਉਹ ਰਾਤ ਨੂੰ ਬੀਅਰ ਪੀ ਕੇ ਕਹਿੰਦਾ ਕਿ ਮੇਰਾ ਮੂਡ ਬਣਿਆ ਹੋਇਆ ਤੇ ਅੱਜ ਦਾ ਦਿਨ ਆ ਗਿਆ ਮੇਰੇ ਕਮਰੇ ਦੀ, ਕਦੇ ਮੈਂ ਉਸ ਦਿਨ ਤੋਂ ਬਾਅਦ ਲਾਈਟ ਨੀ ਬੰਦ ਕੀਤੀ ਹੈਗੀ। ਇੱਕ ਮਨ ਚ ਡਰ ਹੈ ਕਿ ਹਾਂ ਹਾਂ ਬੰਦੇ ਚ ਇੰਨੀ ਹਿੰਮਤ ਆ, ਪਰ ਇਹ ਵੀ ਨੀ ਪਤਾ ਸੀ ਕਿ 911 ਕਾਲ ਕਰਕੇ ਉਹਦੀ ਪੁਛਤਾਂ ਲਾਈਆਂ ਜਾ ਸਕਦੀਆਂ ਸੀਗੀਆਂ। ਫਿਰ ਮੈਂ ਜਿਹਦੀ ਕੋਲ ਲੀਜ਼ ਸੀਗੀ ਉਹਦਾ ਨਾਮ ਗਗਨ ਸੀਗਾ, ਮੈਂ ਉਹਦੇ ਨਾਲ ਗੱਲ ਕੀਤੀ, ਵੀਰੇ ਆਹ ਗੱਲ ਹੋਈ, ਕਹਿੰਦਾ ਪਹਿਲੀ ਗੱਲ ਤਾਂ ਨਾ ਤੂੰ ਵੀਰਾ ਨਾ ਕਿਹਾ ਕਰ। ਮੈਂ ਕਿਹਾ ਚਲੋ ਠੀਕ ਆ, ਕਹਿੰਦਾ ਵੈਸੇ ਵੀ ਘਰ ਚ ਮੈਂ ਉਹ ਕੁੜੀ ਰੱਖਦਾ ਜਿਹੜੀ ਮੇਰੇ ਨਾਲ ਸੌਵੇ। ਉਹ ਮੁੰਡਾ ਵੀ ਇੱਦਾਂ ਕਹਿੰਦਾ, ਜਿਹੜਾ ਪੱਗ ਬੰਨਦਾ ਸੀ ਉਹ ਬੰਦਾ ਗੁਰਦੁਆਰੇ ਦੇ ਸਾਹਮਣੇ, ਸਾਡੇ ਗੁਰਦੁਆਰੇ ਜਮੇ ਸਾਹਮਣੇ ਵਾਲਾ ਘਰ ਸੀ। ਮੈਨੂੰ ਨਾ ਬੜਾ ਅਜੀਬ ਲੱਗ ਰਿਹਾ ਤੁਹਾਡੀ ਗੱਲਾਂ ਸੁਣ ਕੇ ਨਾ, ਇਸ ਮਤਲਬ ਸਾਰਾ ਹੀ ਮਤਲਬ ਏਦਾਂ ਹੋਇਆ ਹੋਇਆ ਮਾਹੌਲ ਹੈ। ਮੈਂ ਖੁਦ ਹੈਰਾਨ ਆ ਕਿ ਹਰ ਬੰਦੇ ਦੀ ਉਹ ਸੋਚ ਇੱਥੇ ਆ, ਜਾਂ ਗਲਤੀ ਇਹ ਸੀਗੀ ਕਿ ਵੀ ਮੈਂ ਕੁੜੀ ਸੀਗੀ, ਮੈਂ ਨਹੀਂ ਦੀਨ ਦੁਨੀਆ ਦੇਖੀ ਸੀ ਇੰਨੀ। ਨਹੀਂ ਕੁੜੀਆਂ ਹੁੰਦੀਆਂ, ਕੁੜੀਆਂ ਰਹਿੰਦੀਆਂ ਵਾ, ਬਟ ਇਹ ਥੋੜਾ ਵੀ ਇੱਕੋ ਇੰਟੈਂਸ਼ਨ ਸਾਰਿਆਂ ਦੀ ਜਿੱਥੇ ਤੁਸੀਂ ਜਾਓ। ਪਤਾ ਨੀ ਮੈਂ ਕਈਆਂ ਨਾਲ ਡਿਸਕਸ ਕੀਤਾ ਤੇ ਲੋਕ ਕਹਿੰਦੇ ਨੇ ਕਿ ਸਭ ਨਾਲ ਹੁੰਦਾ, ਸ਼ਾਇਦ ਮੇਰੇ ਚ ਕੌਨਫੀਡੈਂਸ ਆ, ਮੈਂ ਗੱਲ ਕਹਿ ਸਕਦੀ ਆ, ਲੋਕ ਡਰ ਜਾਂਦੇ। ਮੇਰੇ ਪੇਰੈਂਟਸ ਨੇ ਕਦੇ ਮੇਰਾ ਸਾਥ ਨਹੀਂ ਛੱਡਿਆ, ਮੇਰੇ ਪੇਰੈਂਟਸ ਨੂੰ ਇੱਕ ਇੱਕ ਗੱਲ ਪਤਾ ਮੈਂ ਕੀ ਕੀ ਫੇਸ ਕੀਤਾ ਕੈਨੇਡਾ ਚ। ਬਟ ਇਹ ਚੀਜ਼ ਸੀ ਆਪਣੀ ਕਿਸੇ ਹੋਰ ਫਰੈਂਡਸ ਨਾਲ ਤੋਂ ਵੀ ਸੁਣੀ ਹੈਗੀ ਆ ਵੀ ਉਹਨਾਂ ਨੂੰ ਵੀ ਇਦਾਂ ਦੀ ਚੀਜ਼ਾਂ ਫੇਸ ਕਰਨੀ ਪਈਆਂ। ਤੇ ਮੈਂ ਇੱਕ ਕੁੜੀ ਤੋਂ ਸੁਣੀ ਆ ਟੋਰਾਂਟੋ ਰਹਿੰਦੀ, ਉਹਨੇ ਜ਼ਰੂਰ ਸੁਣਾਈਆਂ। ਹਾਂਜੀ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਆਪਣੀਆਂ ਕੁੜੀਆਂ ਨੂੰ ਬਾਹਰ ਭੇਜਣਾ ਚਾਹੁੰਦੇ ਹੋ ਜਾਂ ਫਿਰ ਨਹੀਂ, ਤੇ ਜੇ ਤੁਸੀਂ ਫੋਰਨ ਕੰਟਰੀ 'ਚ ਰਹਿੰਦੇ ਹੋ ਤਾਂ ਉੱਥੋਂ ਦੇ ਹਾਲਾਤ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹਰ ਇੱਕ ਪੰਜਾਬੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਇੱਕ ਵਾਰ ਸੋਚ ਜਰੂਰ ਲਵੇ। ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ, ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।